बुजुर्ग सीगे बहुत सहचार सी साडे कोले 40-50 साल चाबी रही इन्हां दे घर दी इथों पढ़ के मेरठ चले गए सी मेरठ जाके इन्हां ने नौकरी की 40 साल MES दे विच हाँ जी और 40 साल नौकरी करने तों बाद रिटायरमेंट हो गई इन्हां दा मुंडा ब्याह है गया जिहड़ी नूह है इन्हां दी इन्हां दे घर च बई बद चलण आ गई समझो ठीक है जी बहुत गलत चलदी आ आवारा बंदे घरे आउंदे ने ते ओह ना रोटी पानी इन्हां नूं दिंदी नहीं फिर ਇਹ ਸਾਡੇ ਕੋਲ ਪਹਿਲਾਂ ਵੀ ਅੱਜ ਤੋਂ 3 ਸਾਲ ਪਹਿਲਾਂ ਵੀ ਆਏ ਨੇ ਇੱਕ ਵਾਰੀ ਉਦੋਂ ਪਹਿਲਾਂ ਵੀ ਆਏ ਨੇ ਇਹਨਾਂ ਦੀ ਬਿਲਕੁਲ ਬੁਰੀ ਹਾਲਤ 79 ਸਾਲ ਦੀ ਉਮਰ ਆ ਇਹਨਾਂ ਦੀ ਠੀਕ ਆ ਜੀ ਤੇ ਹੁਣ ਇਹ 10 ਤਰੀਕ ਨੂੰ 10 ਮਈ ਨੂੰ ਸਵੇਰੇ ਸਾਡੇ ਘਰੇ ਇਹ 8:30 ਵਜੇ ਤੁਰੇ ਆਉਣ ਇਹ ਉੱਥੋਂ ਟ੍ਰੇਨ ਚੜ ਕੇ ਆਏ ਨੇ ਘਰੋਂ ਨਿਕਲ ਕੇ ਆਏ ਨੇ ਘਰ ਇਹਦੀ ਨੂੰਹ ਇਹਨੂੰ ਜਿੰਦਾ ਲਾ ਦਿੰਦੀ ਸੀਗੀ ਇਹ ਨਾ ਉਦੋਂ ਕੁਦਰਤੀ ਜਿੰਦਾ ਲਾਉਣਾ ਭੁੱਲ ਗਈ ਇਹ ਵਿਚਾਰਾ ਹੌਲੀ ਕਿਤੇ ਕੇ ਨਿਕਲ ਆਇਆ ਰਸਤੇ 'ਚ ਕਿਸੇ ਦੇ ਘਰੇ ਇਹਦੇ ਕਾਗਜ਼ ਪੱਤਰ ਰੱਖੇ ਸੀ ਉਹਨਾਂ ਤੋਂ ਕਾਗਜ਼ ਪੱਤਰ ਫੜ ਕੇ ਇਹ ਸਾਲੀ ਮਾਰ ਟ੍ਰੇਨ ਦੇ ਵਿੱਚ ਚੜ ਕੇ ਆਇਆ ਸ਼ਾਮ ਵਾਲੀ ਵਿੱਚ ਖੰਨੇ ਉਤਰਿਆ ਇਹ 1:30 ਵਜੇ ਖੰਨੇ ਫਿਰ ਇਹ ਬੈਠਾ ਰਿਹਾ ਫਿਰ 7 ਵਾਲੀ ਬੱਸ ਜਿਹੜੀ ਸਵੇਰੇ ਆਪਣੀ ਖੰਨੇ ਤੋਂ ਮੇਰੇ ਕੋਲ ਆਉਂਦੀ ਆ ਮਲਾਉਦ ਆ ਕੇ ਉਤਰੇ ਮਲਾਉਦ ਤੋਂ ਫਿਰ ਆਪਣੇ ਘਰੇ ਆਇਆ ਔਰ ਜਦੋਂ ਘਰੇ ਆਇਆ ਇਹਦੀ ਇੰਨੀ ਬੁਰੀ ਹਾਲਤ ਸੀ ਕਿ ਪੁੱਛੋ ਹੀ ਨਾ ਕੁਛ ਵੀ ਕੱਪੜੇ ਇਹਦੇ ਫਾੜੇ ਹੋਏ ਜਿਹੜੇ ਅੱਜ ਉਹ ਪਰਿਵਾਰ ਟੈਂਕੀ ਤੇ ਚੜ੍ਹੇ ਉਹ ਕਹਿੰਦੇ ਪੈਸਿਆਂ ਦਾ ਮਸਲਾ ਉਹ ਕੀ ਮਸਲਾ ਜੀ ਉਹ ਮਸਲਾ ਜੀ ਇਹ ਆਇਆ ਸਾਡੇ ਕੋਲ ਪਹਿਲਾਂ ਵੀ 2 ਮਹੀਨੇ ਇਹ ਰਹਿ ਕੇ ਗਿਆ ਉਦੋਂ ਕੋਈ ਇਹਦੇ ਪਿੱਛੇ ਨਹੀਂ ਆਇਆ ਨਾ ਹੀ ਸਾਨੂੰ ਕਿਸੇ ਨੇ ਫੋਨ ਕੀਤਾ ਹਾਂਜੀ ਸਮਝ ਗਏ 2 ਮਹੀਨੇ ਬਾਅਦ ਅਸੀਂ ਆਪ ਹਾਰ ਕੇ ਇਹਨੂੰ ਛੱਡ ਕੇ ਆਏ ਠੀਕ ਹੈ ਜੀ ਉਹਨੇ ਤੇ ਸਾਡੇ ਕੋਲੇ ਰਿਹਾ 15-20 ਦਿਨਾਂ ਦੇ ਬਾਅਦ ਮੈਂ ਸਰਪੰਚ ਨੂੰ ਕਿਹਾ ਮੈਂ ਸਰਪੰਚ ਭਾਈ ਜਾਂ ਤਾਂ ਇਹਨੂੰ ਸਾਡੇ ਨਾਲ ਛੱਡ ਕੇ ਆ ਜਾਂ ਇਹਦੀ ਜ਼ਿੰਮੇਵਾਰੀ ਲੈ ਠੀਕ ਹੈ ਜੀ ਇਹ ਸਰਪੰਚ ਦੇ ਜੀ ਪੈਰੀ ਹੱਥ ਲਾਉਣ ਲੱਗ ਗਿਆ ਕਹਿੰਦਾ ਮੈਂ ਜੀ ਮੇਰੀ ਜਨ ਭੂਮੀ 'ਚ ਆਇਆ ਹੋਇਆ ਮੈਨੂੰ ਕਿਰਪਾ ਕਰਕੇ ਰੋਟੀ ਦੇ ਦਿਓ ਮੇਰੀ ਪੈਨਸ਼ਨ ਆਉਂਦੀ ਹੈ ਮੈਨੂੰ ਇੱਥੇ ਰੱਖ ਲਓ ਬਜ਼ੁਰਗ ਦੇ ਫਿਰ ਖਾਤੇ 'ਚ ਕੋਈ ਪੈਸੇ ਤਾਂ ਨਹੀਂ ਸੀ ਜੀ ਹਾਂਜੀ ਬਜ਼ੁਰਗ ਦੇ ਖਾਤੇ 'ਚ ਪੈਸੇ ਹੈਗੇ ਆ ਜੀ ਕਿੰਨੇ ਜੀ 2,75,000 ਰੁਪਇਆ ਸੀਗਾ ਉਹ ਅਸੀਂ ਇੱਧਰ ਟ੍ਰਾਂਸਫਰ ਕਰਾਤਾ ਠੀਕ ਹੈ ਜੀ ICICI ਬੈਂਕ ਦੇ ਵਿੱਚ ਠੀਕ ਹੈ ਜੀ ਤੇ ਉਸ ਦੇ ਅੱਗ ਲੱਗੀ ਹੋਈ ਆ ਜੀ ਕਦੇ ਨਹੀਂ ਉਦਣ ਹੀ ਬੰਦੇ ਨੇ 50,000 ਰੁਪਇਆ ਕਢਾਇਆ ਸੀ ਉੱਥੇ ਜੀ ਮੇਰਠ ਜੀ ਠੀਕ ਹੈ ਜੀ ਤੇ ਉਹ 50,000 ਇਹਦੇ ਆਪਦੇ ਖਰਚੇ ਵਾਸਤੇ ਜਿਵੇਂ ਗੱਡੀ 'ਚ ਤੇ ਸਾਡੇ 2-3 ਗੇੜੇ ਲੱਗ ਗਏ ਹਾਂਜੀ ਹੁਣ ਜੀ ਇਹਨੇ ਕੋਰਟ ਦੇ ਵਿੱਚ ਕੇਸ ਵੀ ਲਾਇਆ ਹੋਇਆ ਵਕੀਲ ਨੂੰ ਵੀ ਪੈਸੇ ਦਿੱਤੇ ਨੇ ਪਹਿਲਾਂ ਪੁਲਿਸ ਦੇ ਆਪਣੇ ਮਲਾਉਦ ਵੀ ਇਹਨਾਂ ਨੇ ਸਾਡੇ ਤੇ ਦਰਜ ਕੀਤਾ ਸੀਗਾ ਮਲਾਉਦ ਵੀ ਜਾਂਦੇ ਰਹੇ ਆ ਡਿਪਟੀ ਦੇ ਵੀ ਇਹਨੇ ਆਪਦੇ ਬਿਆਨ ਦੇ ਕੇ ਆਏ ਨੇ SSP ਦੇ ਵੀ ਦਰਖਾਸਤ ਦਿੱਤੀ ਹੋਈ ਆ ਵੀ ਮੈਨੂੰ ਆਪਦੇ ਮੁੰਡੇ ਤੋਂ ਨੂੰਹ ਤੋਂ ਔਰ ਇਹਦੇ ਕੁੜਮਾਰ ਕੁੜਮਣੀ ਤਾਂ ਮੈਨੂੰ ਖਤਰਾ ਵੀ ਇਹ ਮੈਨੂੰ ਮਾਰ ਦੇਣਗੇ ਕਿਉਂਕਿ ਇਹਦੀ ਕੁੱਟਮਾਰ ਬਹੁਤ ਕਰਦੇ ਨੇ ਹਜੇ ਵੀ ਨਿਸ਼ਾਨ ਨੇ ਇਹਦੀਆਂ ਬਾਹਾਂ ਤੇ ਜੀ ਪੂਰਾ ਮਾਮਲਾ ਜਿਹੜੇ ਅੱਜ 3 ਵਿਅਕਤੀ ਪਿੰਡ ਗੋਸਲਾਂ ਦੀ ਪਾਣੀ ਵਾਲੀ ਟੈਂਕੀ ਤੇ ਚੜੇ ਸੀ ਇੱਕ ਬਜ਼ੁਰਗ ਹੈਗਾ 80 ਸਾਲ ਦੇ ਕਰੀਬ ਉਹਦੀ ਉਮਰ ਹੈ ਇਹ ਰਜਿੰਦਰ ਪ੍ਰਸ਼ਾਦ ਉਹਦਾ ਨਾਮ ਹੈ ਉਹਦਾ ਪਿਛੋਕੜ ਗੋਸਲਾਂ ਪਿੰਡ ਦੇ ਨਾਲ ਹੈ ਤੇ ਹੁਣ ਉਹ ਮੇਰਠ ਰਹਿੰਦਾ ਉਹ ਕਿਤੇ ਆਪਣੀ ਨੂੰਹ ਦੇ ਨਾਲ ਰਲ ਕੇ ਇੱਥੇ ਪਿੰਡ ਵਿੱਚ ਆ ਗਿਆ ਪਿੰਡ 'ਚ ਆ ਕੇ ਕਿਸੇ ਦੇ ਘਰ ਰਹਿਣ ਲੱਗ ਗਿਆ ਤੇ ਉਹਦਾ ਮੁੰਡਾ ਤੇ ਉਹਦੇ ਮੁੰਡੇ ਦੀ ਸੱਸ ਤੇ ਉਹਦਾ ਸਹੁਰਾ ਉਹ ਉਹਨੂੰ ਲੈਣ ਵਾਸਤੇ ਆਏ ਸੀ ਅੱਜ ਉਹ ਬਜ਼ੁਰਗ ਉਹਨਾਂ ਨਾਲ ਜਾ ਨਹੀਂ ਰਿਹਾ ਸੀ ਤੇ ਇਸ ਕਰਕੇ ਰੋਸ ਵਜੋਂ ਇਹ ਟੈਂਕੀ 'ਤੇ ਚੜ ਗਏ ਸੀ ਅਤੇ ਹੁਣ ਇਹਨਾਂ ਸਾਰਿਆਂ ਨੂੰ ਅਸੀਂ ਮਿਲਾਤਾ ਬਜ਼ੁਰਗ ਨੂੰ ਮਿਲਾਤਾ ਬੈਠੇ ਨੇ SDM ਸਾਹਿਬ ਦੇ ਸਟੇਟਮੈਂਟ ਕਰਾ ਦਾਂਗੇ ਜੋ ਬਜ਼ੁਰਗ ਦੀ ਇੱਛਾ ਹੋਊ ਜਿੱਥੇ ਜਾਣਾ ਚਾਹੂਗਾ ਉੱਥੇ ਉਹਨੂੰ ਕਾਨੂੰਨ ਅਨੁਸਾਰ ਅਸੀਂ ਭੇਜ ਦਿਆਂਗੇ